ਇਹ ਘੱਟੋ ਘੱਟ ਵੀ ਕੋਈ 100 ਕਿੱਲੇ ਦਾ ਪਾਣੀ ਫਿਰ ਗਿਆ ਜੀ। ਤੇ ਪਹਿਲਾਂ ਵੀ 4 ਨੱਕੇ ਇਸੇ ਕਿਸਾਨ ਦੇ ਖੇਤ ਦੇ ਵਿੱਚ ਟੁੱਟੇ ਹੋਏ ਨੇ ਜੀ, 4 ਵਾਰੀ ਟੁੱਟੀ ਹੈਗੀ। ਤੇ ਫਸਲ ਵੱਢਣ ਦੇ ਲਾਇਕ ਸੀ ਹੁਣ, ਤੇ 20-30 ਇਹ ਨਹੀਂ ਪਤਾ ਮਹੀਨਾ ਹੀ ਲੇਟ ਹੋ ਜੇ ਤੇ ਜ਼ਿਆਦਾ ਭਾਰੀ ਨੁਕਸਾਨ ਹੋ ਰਿਹਾ ਕਿਸਾਨਾਂ ਦਾ। ਕਿੰਨਾ ਕੁ ਪਾੜ ਪਿਆ ਹੋਇਆ ਤੇ ਕਦੋਂ ਕਦੋਂ ਟੁੱਟਿਆ ਹੋਇਆ? 1:30 ਵਜੇ ਦੇ ਕਰੀਬ ਟੁੱਟੀ ਹੈ ਜੀ, 40-45 ਫੁੱਟ ਪਾੜ ਪੈ ਰਿਹਾ ਹੁਣ ਇਸ ਵਕਤ। ਕੋਈ ਵਿਭਾਗ ਦਾ ਅਧਿਕਾਰੀ ਆਇਆ? ਨਹੀਂ ਜੀ, ਕੋਈ ਨਹੀਂ ਆਇਆ ਹਾਲ ਤੱਕ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਹੁਣ ਤੁਸੀਂ ਐਂ ਲਾ ਲਓ ਜੀ, 100 ਕਿੱਲਾ ਤਾਂ ਇਦੋਂ ਪਹਿਲਾਂ ਪਾਣੀ ਫਿਰ ਗਿਆ 100 ਕਿੱਲੇ 'ਚ, ਇਹਦਾ ਤਾਂ ਨੁਕਸਾਨ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਅਤੇ ਨੁਕਸਾਨ ਤਾਂ ਇਹ ਨਹੀਂ ਪਤਾ, 50-60% ਹੋ ਜੇ। ਟੁੱਟ ਕਿਉਂ ਟੁੱਟ ਜਾਂਦਾ ਜੀ? ਪਾਣੀ ਜ਼ਿਆਦਾ ਆ ਜਾਂਦਾ ਜਾਂ ਕਿਸ ਕਾਰਨ? ਪਾਣੀ ਬਾਕੀ ਸਾਫ ਸਫਾਈ ਹੈ ਨਹੀਂ ਜੀ, ਮਹਿਕਮੇ ਨਹੀਂ ਅਣਗਹਿਲੀ ਹੈਗੀ। ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣੇ ਦੇ ਵਿੱਚ ਜੋ ਸੂਆ ਜਾਂਦਾ ਗਾ ਉਹ ਟੁੱਟ ਗਿਆ। ਦੁੱਖ ਦੀ ਗੱਲ ਤਾਂ ਇਹ ਹੈ ਵੀ 1:30 ਵਜੇ ਦਾ ਟੁੱਟਿਆ, ਹਜੇ ਤੱਕ ਪਿੱਛੋਂ ਨਹੀਂ ਪਾਣੀ ਘਟਦਾ ਅਤੇ ਨਾ ਹੀ ਕੋਈ ਅਧਿਕਾਰੀ ਨੇ ਆ ਕੇ ਕਿਸਾਨਾਂ ਨੂੰ ਕਿਹਾ ਵੀ ਇਹ ਬੰਦ ਹੋ ਜੂਗਾ ਜਾਂ ਇਹ ਕੋਈ ਕੋਸ਼ਿਸ਼ ਕਰੀਏ ਗੱਟੇ ਗੁੱਟੇ ਲਾਉਣ ਦੀ। ਜਿਹੜੇ ਲੋਕ ਨੇ ਕਿਸਾਨ ਯੂਨੀਅਨ ਵਾਲੇ ਨੇ, ਖਾਸ ਕਰਕੇ BKU ਟਕਾਉਂਦਾ ਵਾਲੇ ਉਹ ਅਤੇ ਪਿੰਡ ਵਾਸੀ ਸਾਡੀ ਪਿੰਡ ਕਾ ਹੀ ਹੈ, ਉਹ 1 ਵਜੇ ਤੋਂ ਲੈ ਕੇ ਜੂਝੀ ਜਾਂਦੀ ਹੈ, ਜਮਾਂ ਸ਼ਾਮ ਦਿਨ ਛਿਪ ਚੁੱਕਾ, ਹਨੇਰਾ ਹੋ ਗਿਆ। ਹਜੇ ਤੱਕ ਕੋਈ ਵੀ ਇਹਦੀ ਵਿਉਂਤਬੰਦੀ ਨਹੀਂ ਹੈਗੀ ਪ੍ਰਸ਼ਾਸਨ ਬੰਨੀਓ। ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਆ ਫਸਲ, ਸਾਰੇ ਟੱਬਰ ਨੇ ਗੋਡਣੀ ਹੋ ਕੇ ਅੱਜ ਪਾਣੀ 'ਚ ਡੁੱਬ ਰਹੀ ਹੈ, ਕਿਉਂਕਿ ਵੱਢਣ ਨੂੰ ਬਿਲਕੁਲ ਤਿਆਰ ਸੀਗੀ। ਜਿਵੇਂ ਜੁੱਕਰੀ ਕੱਲ੍ਹ ਤੱਕ ਪਾਣੀ ਚੱਲੀ ਗਿਆ, ਜੇ ਕਹੀਏ ਪਿੰਡ ਦੇ ਨਾਲ ਸਾਰਾ ਪਾਣੀ ਲੱਗ ਜੂਗਾ। 100 ਕਿੱਲੇ ਤੋਂ ਵੱਧ ਆ ਜਿਹੜਾ ਇਦੋਂ ਪਹਿਲਾਂ ਪਾਣੀ ਨੇ ਮਾਰ ਕਰਤੀ ਹੈ, ਇਦੋਂ ਗਾਹਾਂ ਪਿੰਡ 'ਚ ਵੜਨ ਲੱਗਣਾ ਗਾ। ਅਤੇ ਪ੍ਰਸ਼ਾਸਨ ਸੁੱਤਾ ਪਿਆ ਗਾ, ਸਰਕਾਰ ਸੁੱਤੀ ਪਈ ਆ, ਹਜੇ ਤੱਕ ਕੋਈ ਨਹੀਂ ਇੱਥੇ ਆਇਆ। ਇਸ ਕਰਕੇ ਸਾਡੀ ਮੰਗ ਹੈ ਵੀ ਇਹਨੂੰ ਫੌਰੀ ਤੌਰ 'ਤੇ ਬੰਦ ਕੀਤਾ ਜਾਵੇ। ਇਹ ਜਿਹੜਾ ਪੀੜਤ ਲੋਕ ਨੇ ਜਿਨ੍ਹਾਂ ਨੇ ਮਹਿੰਗੇ ਭਾਅ ਦਾ ਡੀਜ਼ਲ, ਮਹਿੰਗੇ ਭਾਅ ਦਾ ਬੀਜ, ਮਹਿੰਗੇ ਭਾਅ ਦਾ ਰੇਹ ਪਾ ਕੇ ਝੋਨਾ ਪਾਲਿਆ, ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਅਤੇ ਜਦੋਂ ਸਾਨੂੰ ਲੋੜ ਹੈ ਉਦੋਂ ਪਾਣੀ ਇੱਥੇ ਆਉਂਦਾ ਨਹੀਂ, ਉਦੋਂ ਡੀਜ਼ਲ ਫੂਕਣਾ ਪੈਂਦਾ ਗਾ ਜਦੋਂ ਲੋੜ ਨਹੀਂ ਹੈਗੀ। ਹੁਣ ਪਾਣੀ ਦਾ ਪਿੱਛੋਂ ਫੁੱਲ ਕਰਤਾ ਅਤੇ ਮੂਹਰੋਂ ਸਫਾਈ ਦਾ ਆਪਾਂ ਨੂੰ ਪਤਾ ਹੀ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਅਧਿਕਾਰੀ ਨੇ ਕੰਮ ਕਰਦੇ ਨੇ, ਇਹ ਬਿਲਕੁਲ ਜਿਹੜੀ ਇਹਨਾਂ ਦੀ ਅਫਸਰਾਂ ਦੀ ਅਣਗਹਿਲੀ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ, ਫੌਰੀ ਤੌਰ 'ਤੇ ਪੂਰਤੀ ਕਰਨ। ਅਤੇ ਨਹੀਂ ਅਸੀਂ BKU ਡਕਾਉਂਦਾ ਵੱਲੋਂ ਕਰਕੇ ਸਾਰੇ ਪਿੰਡ ਨੂੰ ਇਕੱਠਾ DC ਦਫ਼ਤਰ 'ਤੇ ਬਾਰ ਕੇ ਬਿਠਾਵਾਂਗੇ, ਅਤੇ ਨਹੀਂ ਫੌਰੀ ਤੌਰ 'ਤੇ ਇਹਨਾਂ ਦੀ ਲੋਕਾਂ ਦੀ ਜਿਹੜੀ ਗੱਲ ਹੈ ਸੁਣੀ ਜਾਵੇ। ਬਾਈ ਜੀ, ਰਜਵਾਹਾ ਟੁੱਟਣ ਦਾ ਕਾਰਨ ਤਾਂ ਇੱਕੋ ਹੀ ਹੈ, ਇੱਕ ਤਾਂ ਇੱਥੇ ਸਫਾਈ ਦਾ ਸਿਸਟਮ ਜਮਾਂ ਹੀ ਹੈ ਨਹੀਂ, ਦੂਜਾ ਓਵਰਫਲੋ ਹੈ। ਜਦੋਂ ਪਾਣੀ ਦੀ ਲੋੜ ਹੁੰਦੀ ਸੀ ਉਦੋਂ ਸਰਕਾਰਾਂ ਨੇ ਛੱਡਿਆ ਨਹੀਂ, ਜੇਠ ਹਾੜ੍ਹ ਦੇ ਵਿੱਚ ਅਸੀਂ ਪਾਣੀ ਭਾਲਦੇ ਤੁਰੇ ਫਿਰਦੇ ਸੀ, ਕਿਸੇ ਕੱਸੀ 'ਚ, ਕਿਸੇ ਖਾਲ 'ਚ, ਕਿਸੇ ਸੂਏ 'ਚ, ਇੱਥੇ ਆਉਂਦਾ ਨਹੀਂ ਸੀ। ਅਤੇ ਜਦੋਂ ਅਸੀਂ ਸਾਰੇ ਖਰਚੇ ਕਰਕੇ ਜੀਰੀਆਂ ਲਾ ਕੇ, ਜੀਰੀਆਂ ਪਕਾ ਕੇ ਹੁਣ ਇੱਥੇ ਤਿਆਰ ਕਰ ਲਈਆਂ, ਉਦੋਂ ਫਿਰ ਬੇਲੋੜਾ ਪਾਣੀ ਛੱਡ ਕੇ, ਸਫਾਈ ਨਾ ਹੋਣ ਕਰਕੇ ਹੁਣ ਆਹ ਪਿਆ ਪਾੜ, ਕਰੀਬ 40 ਫੁੱਟ ਪਾੜ ਪੈ ਗਿਆ। 1:30 ਵਜੇ ਕੱਸੀ ਟੁੱਟੀ ਸੀਗੀ, 5 ਵਜੇ ਨੂੰ 5 ਘੰਟਿਆਂ 'ਚ 4 ਘੰਟਿਆਂ 'ਚ 40 ਫੁੱਟ ਪਾੜ ਪੈ ਗਿਆ। ਅਤੇ ਜੇ ਕੱਲ੍ਹ ਤੱਕ ਉਮੀਦ ਹੈਗੀ ਵੀ ਇਹ ਅਜੇ ਤੱਕ ਕੋਈ ਨਹੀਂ ਆਇਆ, ਨਾ JEE ਆਇਆ, ਨਾ SDO, ਨਾ ਐਕਸਨ, ਅਤੇ ਕੱਲ੍ਹ ਨੂੰ ਜੇ 8 ਵਜੇ ਵੀ ਆਉਂਦੇ ਹੈ ਤਾਂ ਤਕਰੀਬਨ ਹੋਰ 16-17 ਘੰਟਿਆਂ ਦੇ ਵਿੱਚ ਦੀ ਇਹ 120 ਫੁੱਟ ਪਾੜ ਹੋ ਜੂਗਾ, ਜਿਹੜੀ ਮਾੜੀ ਮੋਟੀ ਆ ਮਗਰ ਆਪਾਂ ਨੂੰ ਖੜੀ ਜੀਰੀ ਦਿੰਦੀ ਆ। ਇਹ ਜੀਰੀ ਦੀ ਉਮੀਦ ਆ ਵੀ ਜਮਾਂ ਵਿੱਚ ਡੁੱਬ ਜੂ। 100 ਕਿੱਲੇ ਤੋਂ ਵੱਧ ਤਾਂ ਹੁਣ ਨੁਕਸਾਨ ਹੋਇਆ ਪਿਆ, ਅਤੇ ਆਉਣ ਵਾਲੇ 15-16 ਘੰਟਿਆਂ ਦੇ ਵਿੱਚ ਘੱਟੋ ਘੱਟ ਮੈਨੂੰ ਐਂ ਲੱਗਦਾ ਵੀ 400 ਕਿੱਲਾ ਹੋਰ ਡੁੱਬ ਜੂਗਾ। ਜੇ ਆਹੀ ਹਾਲ ਰਿਹਾ ਸਰਕਾਰਾਂ ਦਾ ਤਾਂ ਫਿਰ ਲੋਕਾਂ ਦਾ ਜਿਹੜਾ ਹੈਗਾ ਮਹਾਨ ਇੱਥੋਂ ਉੱਠ ਕੇ ਸਰਕਾਰਾਂ ਕਿੰਨੀ ਹੋ ਜੂਗਾ। ਕਿਤੇ ਬਣਾਲੀ ਵਾਲਾ ਬੋਲੀ ਜਾਂਦਾ, ਕਿਤੇ ਵਿਜੇ ਕੁਮਾਰ ਬੋਲੀ ਜਾਂਦਾ, ਪਰ ਸਾਡੇ ਜਿੱਥੇ ਦੁੱਖ ਦੇ ਥਾਂ ਆ ਕੇ ਕੋਈ ਮੱਲਮ ਲਾਉਣ ਦੀ ਥਾਂ 'ਤੇ ਪਰਾਂ ਹੋ ਕੇ ਲੂਣ ਮਿਰਚਾਂ ਹੀ ਭੁੱਕੀ ਜਾਂਦੇ ਆ, ਸਾਨੂੰ ਸਰਕਾਰਾਂ 'ਤੇ ਰੋਸ ਬਹੁਤ ਹੈ ਇਸ ਗੱਲੋਂ। ਇਹ ਜੀ ਹਰ ਸਾਲ ਹੀ ਟੁੱਟਦਾ, ਥੋੜ੍ਹਾ ਜਿਹਾ ਮਗਰੋਂ ਪਾਣੀ ਜ਼ਿਆਦਾ ਛੱਡ ਦਿੰਦੇ ਨੇ, ਅਤੇ ਜਾਂ ਕਹਿੰਦੇ ਹਨ ਮਹਿਕਮੇ ਵਾਲਿਆਂ ਨੂੰ ਵੀ ਇਹਨੂੰ ਘਟਾਓ ਜੀ, ਉਹ ਕਹਿੰਦੇ ਟੇਲਾਂ ਵਾਲੇ ਪਾਣੀ ਮੰਗਦੇ ਨੇ, ਸਾਨੂੰ ਉਹਨਾਂ ਨੂੰ ਪਾਣੀ ਦੇਣਾ। ਹੁਣ ਨਵੇਂ ਜੀਰੀਆਂ ਪੱਕ ਚੁੱਕੀਆਂ, ਪਾਣੀ ਬੰਦ ਹੋ ਗਿਆ, ਪਾਣੀ ਬੰਦ ਕਰਨ ਕਰਕੇ ਇਹਨੂੰ ਜ਼ਿਆਦਾ ਸਫਾਈ ਸਫੁਈ ਹੈ ਹੀ ਨਹੀਂ, ਘਾਹ ਫੂਸ ਡਿੱਗਿਆ ਹੋਇਆ ਸੀਗਾ ਉਹਦੇ ਕਾਰਨ ਕਰਕੇ ਟੁੱਟ ਗਈ, ਅਤੇ ਭਾਰੀ ਨੁਕਸਾਨ ਹੋਇਆ ਕਿਸਾਨਾਂ ਦਾ। ਹੁਣ ਇਹ ਨਹੀਂ ਪਤਾ ਵੀ ਇਹ 60-70 ਮਣ ਝੋਨੇ ਦਾ ਨਿਕਾਲ ਦੀ ਸੀਗੀ, ਇਹ ਨਹੀਂ ਪਤਾ ਇਹ ਐਂ ਬਿਸ ਜੇ ਕਣਕ ਭੋਰਾ ਵੀ ਦਾਣਾ ਨਾ ਪੱਲੇ ਪਵੇ। ਜੇ ਪਾਣੀ ਛੇਤੀ ਸੁੱਕਦਾ ਤਾਂ ਵੱਢੀ ਜਾ ਸਕਦੀ ਹੈ ਜੀਰੀ, ਜੇ 20-25 ਦਿਨ ਪਾਣੀ ਨਾ ਸੁੱਕਿਆ, ਝੋਨਾ ਪੱਕਿਆ ਹੋਇਆ, ਇਹ ਬਿਸ ਜੂਗਾ, ਦਾਣੇ ਪਾਣੀ 'ਚ ਗਲ ਜਾਣਗੇ, ਅਤੇ ਮਤਲਬ ਕਿ ਫੁੱਲ ਨੁਕਸਾਨ ਆ ਸਾਡਾ ਇਹਦੇ 'ਚ। ਕਿੰਨੀ ਕੁ ਏਕੜ ਦੇ ਵਿੱਚ ਪਾਣੀ? ਇਹ 100 ਏਕੜ 'ਚ ਤਾਂ ਪਾਣੀ ਫਿਰ ਗਿਆ ਜੀ ਇਹ ਤੋਂ ਬਾਅਦ, ਅਤੇ ਜੇ ਨਾ ਰਾਤ ਨੂੰ ਬੰਦ ਕੀਤੀ ਤਾਂ ਪਿੰਡ ਦੇ ਵਿੱਚ ਹੋਰ ਜ਼ਿਆਦਾ ਪਿੰਡ 'ਚ ਵੀ ਜਾ ਸਕਦਾ, ਹੋਰ ਗਾਹਾਂ ਪਾਣੀ ਵੱਧ ਸਕਦਾ। ਪਾਣੀ ਪਿੱਛੋਂ ਬੰਦ ਹੋ ਗਿਆ ਜਾਂ ਨਹੀਂ? ਬੰਦ ਕਹਿੰਦੇ ਜੀ ਕੱਲ੍ਹ ਨੂੰ ਹੋਊਗਾ ਪਾਣੀ ਬੰਦ, ਅਤੇ ਕੱਲ੍ਹ ਨੂੰ ਹੀ ਨੱਕਾ ਬੰਦ ਹੋਊਗਾ।
कोई सरकारी अधिकारी आया? कोई सरकारी अधिकारी कोई नहीं आया जी, फोन करते कहने पानी पिछों घटा देंगे, तो कल पुलू नूं पानी कहने घट जूगा, कल तक तो जी सारे पिंड जी पानी फिर जू साडे च। की मांग करदे हो? मंग तां हुण प्रशासन की गलती कारण टुटदा जी, इह प्रशासन बिल्कुल गौर नहीं करता, कोई आके पूछता तक नहीं, अगे मेट आउंदे उह साफ सफाईया कर जांदे। ते हुण देख लो तुसीं माड़ी निगाह मार लो किवें जाले डिगे होए ने, गाह तो तां बिल्कुल ही बंद होई पई है कसी महकमे दे, गलती कारण जी इह नुकसान हुंदा साडा, हर साल हुंदा।